ਹਿੰਦੀ ਦੇ ਮਹਾਨ ਸ਼ਾਇਰ ਸਵਰਗੀ ਅਮਰਨਾਥ ਕੋਸਤਵ ਦੀ ਯਾਦ ਵਿੱਚ ਸਹਿਤ ਸਭਾ ਵੱਲੋਂ ਇੱਕ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਦੇ ਮਹਾਨ ਲੇਖਕਾਂ ਵੱਲੋਂ ਆਪਣੀਆਂ ਰਚਨਾਵਾਂ ਪੜ੍ਹੀਆਂ ਗਈਆਂ। ਇਸ ਪ੍ਰੋਗਰਾਮ ਵਿੱਚ ਪਦਮ ਸ਼੍ਰੀ ਸੰਤ ਬਲਵੀਰ ਸਿੰਘ ਸਿੰਜੇਵਾਲ ਵੀ ਖਾਸ ਤੌਰ ਤੇ ਮੌਜੂਦ ਰਹੇ ਤੇ ਉਹਨਾਂ ਨੂੰ ਸਹਿਤ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਸਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਅਮਰਨਾਥ ਕੋਸਤਵ ਕਵੀ ਜੋ ਮਹਾਨ ਕਵੀ ਹੋਇਆ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਇਹ ਕਵੀ ਦਰਬਾਰ ਹਰ ਸਾਲ ਕਰਵਾਉਂਦੇ ਸੇਵਾ ਕਵੀ ਦਰਬਾਰ ਜਿਹਦੇ ਵਿੱਚ ਵੱਖ ਵੱਖ ਖੇਤਰਾਂ ਦੇ ਵਿੱਚ ਜਿਹਨਾਂ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ। ਬਹੁਤ ਵਧੀਆ ਜਿਹੜਾ ਹੈ ਹਰ ਸਾਲ ਇਹ ਪ੍ਰੋਗਰਾਮ ਕਰਵਾਉਂਦੇ ਆ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲੇ ਅਤੇ ਜਿਹੜਾ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 52 ਕਵੀ ਜੋ ਉਹਨਾਂ ਦੇ ਦਰਬਾਰ ਵਿੱਚ ਸੀ ਉਹ ਕਵੀ ਪਰੰਪਰਾ ਨੂੰ ਵੀ ਇਹਨਾਂ ਨੇ ਚਾਲੂ ਰੱਖਿਆ ਕਿ ਉਹ ਜਿਹੜੀ ਕਵਿਤਾ ਵਾ ਉਹ ਚੱਲਦੀ ਰਹੇ।